ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪੰਜਾਬ ਦੀ ਸਿਹਤ ਸਹੂਲਤਾਂ ਦੇ ਉੱਪਰ ਅੱਜ ਅਸੀਂ ਚਰਚਾ ਕਰ ਰਹੇ ਹਾਂ ਅਤੇ ਇਹੀ ਅੱਜ ਦਾ ਮੁੱਦਾ ਵੀ ਹੈਗਾ, ਕਿਉਂਕਿ ਇਹ ਤੁਹਾਡੇ ਨਾਲ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ। ਜਦੋਂ ਅਸੀਂ ਬਿਮਾਰ ਹੋਵਾਂਗੇ ਅਸੀਂ ਜਾਵਾਂਗੇ ਕਿੱਥੇ, ਹਸਪਤਾਲਾਂ 'ਚ ਹਸਪਤਾਲ ਕਿਹੋ ਜਿਹੇ ਨੇ, ਕਿਉਂਕਿ ਹਸਪਤਾਲ ਤਾਂ ਖੁਦ ਹੀ ਬਿਮਾਰ ਨੇ। ਇਸੇ ਦੇ ਉੱਪਰ ਚਰਚਾ ਕਰ ਰਹੇ ਹਾਂ। ਸਾਡੇ ਨਾਲ ਇਸ ਵੇਲੇ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਜੁੜ ਗਏ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ। ਚੀਮਾ ਸਾਹਿਬ, ਚੀਮਾ ਸਾਹਿਬ, ਇੰਡੀਆ ਨਿਊਜ਼ ਪੰਜਾਬ ਨੇ ਰਿਐਲਿਟੀ ਚੈੱਕ ਕੀਤਾ, ਬਿਹਾਰ ਦੇ ਵਿੱਚ 156 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ, ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਡੇ ਨਵੇਂ ਬਣੇ ਸਿਹਤ ਮੰਤਰੀ ਸਾਹਿਬ ਕਹਿੰਦੇ ਨੇ ਸਾਡੇ ਕੋਲ ਅਜਿਹੀਆਂ ਸਹੂਲਤਾਂ ਨੇ ਜਿਹੜੀਆਂ ਤੁਸੀਂ ਸੁਣੀਆਂ ਵੀ ਨਹੀਂ ਹੋਣੀਆਂ। ਅਤੇ ਜਦੋਂ ਰਿਐਲਿਟੀ ਚੈੱਕ ਕੀਤਾ, ਹਸਪਤਾਲਿਆਂ ਦਾ ਆਲਮ ਇਹ ਹੈ, ਗੰਦਗੀ ਦਾ ਢੇਰ ਲੱਗਿਆ, ਪੀਣ ਨੂੰ ਪਾਣੀ ਨਹੀਂ, ਇੱਕ ਬੈੱਡ ਦੇ ਉੱਪਰ ਦੋ ਮਰੀਜ਼ ਹੈ, ਬੈੱਡ ਦੇ ਉੱਪਰ ਗੱਦਾ ਨਹੀਂ, ਸਟ੍ਰੈਚਰ ਟੁੱਟੇ ਹੋਏ ਨੇ, ਪੱਖਾ ਚੱਲਦਾ ਨਹੀਂ। ਹਾਲੇ ਸਹੂਲਤਾਂ ਸਾਡੇ ਕੋਲ ਅਜਿਹੀਆਂ ਹੈ ਜਿਹੜੀ ਕਦੀ ਸੁਣੀਆਂ ਹੀ ਨਹੀਂ ਹੋਣੀ। ਮੈਨੂੰ ਲੱਗਦਾ ਮੰਤਰੀ ਸਾਹਿਬ ਨੇ ਨਵਾਂ ਜੁਆਇਨ ਕੀਤਾ, ਸ਼ਾਇਦ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ। ਦੇਖੋ, ਮੰਤਰੀ ਸਾਹਿਬ ਨੂੰ ਗਰਾਊਂਡ ਰਿਐਲਿਟੀ ਪਤਾ ਨਹੀਂ ਹੈਗੀਆਂ। ਚਮਕੀ ਬੁਖਾਰ ਜਿਹੜਾ ਬਿਹਾਰ 'ਚ ਫੈਲਿਆ ਹੋਇਆ ਹੈਗਾ, ਉਹਦੇ ਪੰਜਾਬ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇਗੇ। ਉਹਦਾ ਕਾਰਨ ਕੀ ਆ ਕਿ ਬਹੁਤ ਸਾਰੀ ਲੇਬਰ ਜਿਹੜੀ ਹੈਗੀ ਆ ਝੋਨਾ ਲਾਉਣ ਦੇ ਲਈ ਪਲਾਨ ਕਰਕੇ ਬਿਹਾਰ ਤੋਂ ਹਰੇਕ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਨੌਜਵਾਨ, ਉਦੋਂ ਉੱਥੇ ਦੇ ਲੇਡੀਜ਼, ਕੁੜੀਆਂ ਜਿਹੜੀਆਂ ਆਉਂਦੀਆਂ ਇੱਥੇ ਆ ਕੇ ਕੰਮ ਕਰਦੀਆਂ ਨੇ, ਉਹਦੇ ਨਾਲ ਮੈਂ ਸਮਝਦਾ ਕਿਤੇ ਨਾ ਕਿਤੇ ਬੱਚੇ ਵੀ ਆਉਂਦੇ ਨੇ। ਜੇਕਰ ਉਹ ਬੁਖਾਰ ਇੱਥੇ ਪਹੁੰਚ ਗਿਆ ਤਾਂ ਬਹੁਤ ਵੱਡੀ ਪੱਧਰ ਤੇ ਫੈਲ ਸਕਦਾ ਗਾ, ਪਰ ਪੰਜਾਬ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ। ਸਾਡੇ ਸਿੱਧੂ ਸਾਹਿਬ ਨੂੰ ਬਿਲਕੁਲ ਨਹੀਂ ਪਤਾ ਕਿ ਪੰਜਾਬ ਵਿੱਚ ਕੀ ਹੈ, ਕਿਉਂਕਿ ਉਹ ਦੇਖੇ ਨਹੀਂ। ਹਸਪਤਾਲ ਤਾਂ ਆਪ ਬਿਮਾਰ ਹੋਏ ਪਏ ਨੇ ਪੰਜਾਬ ਦੇ, ਜਿਹੜਾ ਹੈਲਥ ਡਿਪਾਰਟਮੈਂਟ ਖੁਦ ਜਿਹੜਾ ਬਿਮਾਰ ਹੈਗਾ ਉਹ ਪੰਜਾਬ ਦਾ ਹੈਲਥ। ਦੇਖੋ, ਕਿਸੇ ਵੀ ਹੋਸਪਿਟਲ ਚਲੇ ਜਾਓ, ਪੂਰੇ ਡਾਕਟਰ ਨਹੀਂ ਹੈਗੇ, ਪੂਰੀਆਂ ਨਰਸਾਂ ਨਹੀਂ ਹੈਗੀਆਂ, ਫਾਰਮਾਸਿਸਟ ਨਹੀਂ ਹੈਗੇ, ਮੈਡੀਸਨ ਦੀ ਘਾਟ ਆ ਪੰਜਾਬ ਵਿੱਚੋਂ। ਪਬਲਿਕ ਸੈਕਟਰ ਦੇ ਵਿੱਚ ਜੇਕਰ ਹੈਲਥ ਡਿਪਾਰਟਮੈਂਟ ਬਿਲਕੁਲ ਖਤਮ ਹੋ ਰਿਹਾ, ਪੰਜਾਬ ਵਿੱਚ ਲਗਾਤਾਰ ਪ੍ਰਾਈਵੇਟ ਜਿਹੜੇ ਡਾਕਟਰ ਨੇ ਉਹ ਵੱਧ ਰਹੇ ਨੇ ਔਰ ਸਰਕਾਰੀ ਡਾਕਟਰ ਨੇ ਲਗਾਤਾਰ ਜਿਹੜਾ ਸੇਵਾਵਾਂ ਛੱਡ ਰਹੇ, ਕਿਉਂਕਿ ਪੰਜਾਬ ਸਰਕਾਰ ਦੀ ਨੀਤੀ ਜਿਹੜੀ ਹੈਗੀ ਆ ਉਹ ਪ੍ਰਾਈਵੇਟ ਕਰਨ ਜਿਹੜੇ ਹੈ, ਪ੍ਰਾਈਵੇਟ ਕਰਨ ਨੂੰ ਵਧਾਵਾ ਦੇ ਰਹੀ ਹੈ ਔਰ ਸਰਕਾਰੀ ਤੌਰ ਤੇ ਆਪਦਾ ਹਸਪਤਾਲ ਲਗਾਤਾਰ ਬੰਦ ਹੋ ਰਹੇ ਨੇ। ਸਰਕਾਰ ਨੂੰ ਚਾਹੀਦਾ ਕਿ ਪੁਖਤਾ ਪ੍ਰਬੰਧ ਕਰਨ। ਹਾਂ ਬਿਲਕੁਲ, ਚੀਮਾ ਸਾਹਿਬ ਬਣੇ ਰਹਿਣਾ। ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਵੀ ਨਾਲ ਜੁੜ ਗਏ ਨੇ। ਚੰਦੂ ਮਾਜਰਾ ਸਾਹਿਬ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਚੰਦੂ ਮਾਜਰਾ ਸਾਹਿਬ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਚੰਦੂ ਮਾਜਰਾ ਸਾਹਿਬ, ਸਿਹਤ ਸਹੂਲਤਾਂ ਦੇ ਉੱਪਰ ਅੱਜ ਗੱਲ ਕਰ ਰਹੇ ਹਾਂ, ਅਜਿਹਾ ਮੁੱਦਾ ਜਿਹੜਾ ਸਾਨੂੰ ਚੁੱਕਣਾ ਪਿਆ, ਕਿਉਂਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਿਹਤ ਸਹੂਲਤਾਂ ਬਹੁਤ ਵਧੀਆ ਨੇ, ਸਹੂਲਤਾਂ ਸਾਡੇ ਕੋਲ ਅਜਿਹੀਆਂ ਕਦੀ ਸ਼ਾਇਦ ਸੁਣੀਆਂ ਨਹੀਂ ਹੋਣੀਆਂ ਸੀ। ਅਤੇ ਆਲਮ ਇਹ ਹੈ ਕਿ ਤਿਆਰੀਆਂ ਦਾ ਬੁਰਾ ਹਾਲ ਹੈ, ਸਿਵਲ ਹਸਪਤਾਲਾਂ 'ਚ ਸਿਹਤ ਸਹੂਲਤਾਂ ਚਰਮਰਾਈਆਂ ਹੋਈਆਂ ਨੇ। ਮੈਂ ਸਮਝਦਾ ਕਿ ਸਭ ਤੋਂ ਜ਼ਰੂਰੀ ਅੱਜ ਲੋੜ ਆ ਵਿੱਦਿਆ ਦੀ ਅਤੇ ਸਿਹਤ ਸੇਵਾਵਾਂ ਦੀ ਜੀ। ਪੰਜਾਬ ਸਰਕਾਰ ਵਿੱਦਿਆ ਅਤੇ ਸਿਹਤ ਸੇਵਾਵਾਂ ਵੱਲ ਧਿਆਨ ਹੀ ਨਹੀਂ ਦੇ ਰਹੀ, ਬਲਕਿ ਬਿਲਕੁਲ ਲਾਪਰਵਾਹੀ ਵਰਤ ਰਹੀ ਆ ਔਰ ਹੁਣ ਉਸ ਤੋਂ ਝੂਠ ਬੋਲ ਰਹੇ ਨੇ। ਮਨ ਮਾੜਾ ਮੋਟਾ ਵੀ ਧਿਆਨ ਦਿੱਤਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ, ਕਿਉਂਕਿ ਅਗਰ ਖੁਦ ਜਿਹੜੀ ਸਰਕਾਰ ਪਿੰਡਾਂ ਦੀਆਂ ਡਿਸਪੈਂਸਰੀਆਂ ਵੇਚਣ ਦਾ ਟੈਂਡਰ ਲਾ ਰਹੀ ਹੋਵੇ ਤੇ ਇਹ ਤਾਂ ਵੇਚ ਦੇਣੇ ਸੀ ਇਹਨਾਂ ਨੇ ਹਸਪਤਾਲ ਸਾਰੇ, ਜੇ ਅਸੀਂ ਰੌਲਾ ਨਾ ਪਾਉਂਦੇ ਧਰਨੇ ਨਾ ਮਾਰਦੇ ਤੇ ਉਹ ਸਰਕਾਰ ਦਾ ਤੁਸੀਂ ਆਪ ਦੇਖ ਲਓ ਵੀ ਕਿੰਨੀ ਕੁ ਦਿਲਚਸਪੀ ਹੋ ਸਕਦੀ ਆ। ਸਕੂਲ ਬੰਦ, 800 ਸਕੂਲ ਪਿੱਛੇ ਬੰਦ ਕਰਦਾ ਸੀ ਤੇ ਸਿਹਤ ਸੇਵਾਵਾਂ ਤੇ ਵਿੱਦਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਆ, ਬਲਕਿ ਬੁਰੀ ਤਰ੍ਹਾਂ ਲਾਪਰਵਾਹੀ ਬੇਧਿਆਨੀ ਨਾਲ ਇਹ ਦੋਵੇਂ ਸੈਕਟਰਾਂ ਨੂੰ ਲੈ ਰਹੀ ਆ ਔਰ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਆ ਵੀ ਪ੍ਰਾਈਵੇਟ ਖੇਤਰ ਨੂੰ ਬੜਾਵਾ ਦੇ ਰਹੀ ਆ। ਪ੍ਰਾਈਵੇਟ ਖੇਤਰ ਨਾਲ ਰਲ ਕੇ ਮੈਂ ਤਾਂ ਸਮਝਦਾ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਨੇ ਕਈ ਥਾਵਾਂ ਤੇ ਇਹਦਾ ਦੇਖਣ ਨੂੰ ਮਿਲਦਾ ਕਿ ਉਹ ਰਲ ਕੇ ਬਲਕਿ ਉਹਨਾਂ ਨੂੰ ਖੁੱਲੀਆਂ ਖੇਡਾਂ ਖੇਡਣ ਦਾ ਮੌਕਾ ਦਿੰਦੇ ਨੇ ਤੇ ਲੁੱਟਣ ਦਾ ਮੌਕਾ ਦਿੰਦੇ ਨੇ ਤੇ ਸਰਕਾਰੀ ਹਸਪਤਾਲ ਵਿੱਚ ਨਾ ਦਵਾਈਆਂ ਨਾ ਡਾਕਟਰ ਪਹੁੰਚਦੇ ਨੇ, ਮਜਬੂਰੀ ਵਾਸਤੇ ਲੋਕਾਂ ਨੂੰ ਪ੍ਰਾਈਵੇਟਾਂ ਦੇ ਕੋਲੋਂ ਲੁੱਟ ਕਰਾਉਣੀ ਪੈਂਦੀ ਆ। ਇਹ ਹਾਲ ਅੱਜ ਪੰਜਾਬ ਦੇ ਬਹੁਤ ਬਹੁਤ ਮਾੜਾ ਹਾਲ ਹੈ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਚੰਦੂ ਮਾਜਰਾ ਸਾਹਿਬ ਸਾਡੇ ਨਾਲ, ਡਾਕਟਰ APS ਸੰਵਰੀਆ ਸਾਹਿਬ ਵੀ ਜੁੜੇ ਹੋਏ ਨੇ।
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਸੀਨੀਅਰ ਲੀਡਰ ਨੇ। ਸਮਰੀਆ ਸਾਹਿਬ, ਹਾਲਤ ਤੁਸੀਂ ਵੇਖ ਹੀ ਲਈ, ਚਮਕੀ ਨੂੰ ਰੋਕਣ ਦੇ ਲਈ ਕੀ ਕੀਤਾ ਜਾਵੇ? ਕਿਉਂਕਿ ਪੰਜਾਬ ਸਰਕਾਰ ਦਾ ਆਲਮ ਤਾਂ ਅਸੀਂ ਦੇਖ ਹੀ ਲਿਆ, ਮੰਤਰੀ ਸਾਹਿਬ ਦੇ ਦਾਅਵੇ ਵੀ ਤੁਸੀਂ ਸੁਣ ਲਏ, ਕੇਂਦਰ ਸਰਕਾਰ ਹੁਣ ਕਿੰਨੀ ਮਦਦ ਕਰੇਗੀ? ਡਾਕਟਰ ਹਰਸ਼ਵਰਧਨ ਹੁਣ ਕੀ ਆਉਣਗੇ ਇੱਥੇ, ਕੁਛ ਕਰਨਗੇ? ਸਾਡੇ ਸਿਹਤ ਮੰਤਰੀ ਦੇ ਦਾਅਵੇ ਕਰ ਰਹੇ ਨੇ, ਤੁਹਾਡੇ ਸਿਹਤ ਮੰਤਰੀ ਕਰਨਗੇ ਕੁਛ ਕੇਂਦਰ ਵਾਲੇ? ਗੌਰਵ ਜੀ, ਮੈਂ ਤਾਂ ਸਭ ਤੋਂ ਪਹਿਲੇ ਤੁਹਾਡਾ ਸ਼ਲਾਘਾਯੋਗ, ਤੁਸੀਂ ਅੱਜ ਕੰਮ ਕੀਤਾ ਕਿ ਸਾਰੇ ਪੰਜਾਬ ਵਿੱਚ ਜਾ ਕੇ ਗਰਾਊਂਡ ਰਿਐਲਿਟੀ ਦਿਖਾਈ ਸਰਕਾਰ ਨੂੰ, ਉਹਦੇ ਵਾਸਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਔਰ ਅੱਗੇ ਵੀ ਆਪ ਜੀ ਨਾਲ ਅਪੇਕਸ਼ਾ ਕਰਦਾ ਕਿ ਇੰਨੀ ਜਿਹੜੀ ਗੰਦ ਫੈਲੀ ਹੋਈ ਹੈ ਉਹ ਪੱਤਰਕਾਰਤਾ ਹੀ ਉੱਪਰ ਲੈ ਕੇ ਆਊਗੀ ਤਾਂ ਸਰਕਾਰ 'ਤੇ ਕੁਛ ਕਰਨਾ ਅਤੇ ਜੂੰਗ ਰੇਂਗੂਗੀ। ਮੈਨੂੰ ਡਾਕਟਰ ਹੁੰਦੇ ਨਾਤੇ ਹੁਣ ਇਹ ਜਿਹੜੀ ਮੈਂ ਵਿਜੂਅਲ ਦੇਖ ਰਿਹਾ, ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਕਿਆ ਇੱਥੇ ਇਨਸਾਨ ਵੀ ਆ ਕੇ ਇਲਾਜ ਕਰਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਬੜੇ ਰੈਜੂਲੇਸ਼ਨ ਅਸੀਂ ਕੀਤੇ ਅਲਮਾ ਆਟਾ ਯੂਨੈਸਕੋ 2020 ਤਾਈਂ, ਸਭ ਨੂੰ ਅਸੀਂ ਸਿਹਤ, ਮੈਂ ਆਪਣੇ ਨੂੰ ਵੀ ਜ਼ਿੰਮੇਵਾਰ ਸਮਝ ਰਿਹਾ, ਮੈਂ ਇੱਥੇ ਬਾਹਰ ਨਹੀਂ ਨਿਕਲ ਰਿਹਾ, ਬਟ ਜਿਹੜਾ ਪੰਜਾਬ ਦਾ ਹਾਲ ਤੁਸੀਂ ਦੇਖਿਆ ਔਰ ਦੇਖੋ ਸਾਰਾ ਹਾਲ ਦਿਖਾਉਣ ਦੇ ਬਾਅਦ ਜੋ ਮਾਨਣੀ ਸਿਹਤ ਮੰਤਰੀ ਜੀ ਨੇ ਸਟੇਟਮੈਂਟ ਦਿੱਤਾ ਹੈ ਕਿ ਭਗਵਾਨ ਪਰਮਾਤਮਾ ਕਰੇ ਕਿ ਇੱਥੇ ਬਿਮਾਰੀ ਆਏ ਹੀ ਨਾ, ਵਾਹ ਵਾਹ ਮੰਤਰੀ ਜੀ, ਪਰਮਾਤਮਾ ਕਦੇ ਬਿਮਾਰੀ ਨਹੀਂ ਲੈ ਕੇ ਆਉਂਦਾ, ਇਹ ਸਾਰੀ ਵਿਪਦਾਏ ਜਿਹੜੀਆਂ ਨੇ ਆਪ ਇਹ ਜੋ ਪ੍ਰਕਿਰਤੀ ਵਿਪਦਾ ਉਹ ਮੰਤਰੀ ਜੀ ਕਹਿ ਰਹੇ ਨੇ, ਸਾਡੀ ਮੈਨ ਮੇਡ ਪ੍ਰੋਬਲਮਸ ਨੇ। ਹੁਣ ਦੇਖੋ ਫੈਸਿਲਿਟੀ ਕਹਿੰਦੇ ਆ ਕਿ ਸਾਡੇ ਪੰਜਾਬ ਦੇ ਹਸਪਤਾਲਾਂ ਵਿੱਚ ਇੰਨੀ ਫੈਸਿਲਿਟੀ ਹੈ, ਬਿਹਾਰ ਕਦੀ ਸੋਚ ਵੀ ਨਹੀਂ ਸਕਦਾ, ਉਹ ਤੁਸੀਂ ਸਾਰੇ ਸੈਂਟਰਾਂ ਤੇ ਦਿਖਾ ਚੁੱਕੇ ਹੋ ਔਰ ਇਹ ਸਿੱਧੂ ਸਾਹਿਬ ਤੋਂ ਤਾਂ ਅਸੀਂ ਉਮੀਦ ਵੀ ਨਹੀਂ ਕਰ ਸਕਦੇ। ਪਿਛਲੇ 4-5 ਦਿਨ ਪਹਿਲੇ ਤੁਸੀਂ ਦਿਖਾਇਆ ਸੀ ਕਿ ਇੱਕ ਫੋਰਥ ਕਲਾਸ ਇੰਪਲਾਈ ਮਾਥੇ ਤੇ ਟਾਕੇ ਲਗਾ ਰਿਹਾ ਸੀ ਇੱਕ ਐਕਸੀਡੈਂਟ ਵਿਕਟਿਮ ਤੇ ਔਰ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ 2 ਘੰਟੇ ਵਿੱਚ ਐਕਸ਼ਨ ਲੈ ਲਿਆਂਗੇ, ਕੋਈ ਐਕਸ਼ਨ ਨਹੀਂ ਲਿਆ ਗਿਆ। ਮੈਂ ਹੁਣ ਚੰਦੂ ਮਾਜਰਾ ਸਾਹਿਬ ਨੂੰ ਸੁਣ ਰਿਹਾ ਸੀ ਕਿ ਪੰਜਾਬ ਔਰ ਇਹ ਪੰਜਾਬ ਦਾ ਤਾਂ ਹਾਲ ਦੇਖੋ, ਹੈਲਥ ਇਜ਼ ਅ ਸਟੇਟ ਸਬਜੈਕਟ ਔਰ ਹੈਲਥ ਇੰਨਾ ਬੜਾ ਮਹਿਕਮਾ ਹੈ ਹੈਲਥ ਦਾ, ਇੰਨੇ ਬੜੇ ਲੋਕ ਉੱਥੇ ਭਰਤੀ ਕੀਤੇ ਹੋਏ ਨੇ, ਉਹ ਕਿਉਂ ਆਪਣੇ ਏਅਰ ਕੰਡੀਸ਼ਨ ਆਫਿਸ ਬੈਠ? ਹੁਣ ਚੰਕੀ ਵਿੱਚ ਤੁਸੀਂ ਦੱਸਿਆ ਕਿੰਨਾ ਦੁੱਖ ਗੱਲ ਹੈ, 156 ਛੋਟੇ ਨਿੱਕੇ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਔਰ ਅੱਜ ਤਾਈਂ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਇਹਦਾ ਐਗਜੈਕਟ ਕਾਜ ਕੀ ਹੈ। ਕਦੇ ਅਲੀਚੀ ਨੂੰ ਕਹਿ ਦਿੰਦੇ, ਇੰਨਾ ਬੜਾ ਕੰਟਰੀ, ਇੰਨੀ ਬੜੀ, ਹੁਣ ਗੱਲ ਆ ਰਹੀ ਹੈ ਕਿ ਸੈਂਟਰਲ ਗੌਰਮੈਂਟ ਦੀ, ਸੈਂਟਰਲ ਗੌਰਮੈਂਟ ਪੂਰੀ ਤਰ੍ਹਾਂ ਇਹਨੂੰ ਚਸੰਦੀਦ ਹੈ ਔਰ ਦੇਖ ਰਹੀ ਹੈ ਔਰ ਮੁਸਤੈਦ ਹੈ ਜਿਹੜੀ ਰਿਕੁਆਇਰਮੈਂਟ ਸਟੇਟ। ਹੁਣ ਐਡਵਾਈਜ਼ਰੀ ਤਾਂ ਸਭ ਤੋਂ ਪਹਿਲਾ ਕੰਮ ਹੈ, ਉੱਥੇ ਸੈਂਟਰਲ ਗੌਰਮੈਂਟ ਨੇ ਤਾਂ ਕੁਛ ਨਹੀਂ ਕਰਨਾ ਸੀ। ਜਿਹੜੇ ਉੱਥੇ ਬਲੇਮ ਕਰਦੇ ਨੇ ਲੋਕ ਕਿ ਜੀ ਪੇਰੈਂਟਸ ਜਿਹੜੇ ਬੱਚਿਆਂ ਨੂੰ ਬਹੁਤ ਲੇਟ ਲੈ ਕੇ ਆਉਂਦੇ ਨੇ, ਰਾਤੀ ਖਾਣਾ ਨਹੀਂ ਖਿਲਾਉਂਦੇ, ਉਹ ਐਡਵਾਈਜ਼ਰੀ ਸੈਂਟਰਲ ਗੌਰਮੈਂਟ ਨੇ ਆਲਰੇਡੀ ਇਸ਼ੂ ਕਰਦੀ ਹੈ, ਉਹਦੇ ਨਾਲ ਕੋਈ ਨੁਕਸਾਨ ਨਹੀਂ ਕਿ ਪੰਜਾਬ ਗੌਰਮੈਂਟ ਵੀ ਰਾਈਟਿੰਗ ਮੈਂ ਆਪਣੇ ਅਭੀ ਸਾਰਾ ਚੈੱਕ ਕਰਕੇ ਡਾਕਟਰ ਦਾ ਪੁੱਛ ਕੇ ਕਿਹਾ, ਕੋਈ ਐਡਵਾਈਜ਼ਰੀ ਨਹੀਂ ਆਈ। ਔਰ ਮੈਂ ਦੱਸ ਦੇਣਾ ਚਾਹੁੰਦਾ ਸਿਹਤ ਮੰਤਰੀ ਜੀ ਨੂੰ ਕਿ ਇੱਦਾਂ ਦੇ ਹਸਪਤਾਲ ਵਿੱਚ ਜੇ ਇਹ ਚੰਕੀ ਫੀਵਰ ਇੱਥੇ ਆ ਗਿਆ ਤਾਂ ਸਾਨੂੰ ਭਗਵਾਨ ਵੀ ਨਹੀਂ ਬਚਾ ਪਾਊਗਾ, ਬਿਕੋਜ਼ ਇਹ ਵਾਇਰਸ ਇੰਨਾ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਔਰ ਜਿਹਦਾ ਦੇ ਹਾਲਤ ਤੁਸੀਂ ਦਿਖਾਏ ਕਿ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਨਹੀਂ ਹੋਣਾ, ਇਹਦਾ ਇਲਾਜ ਆਈਸੀਯੂ ਵਿੱਚ ਹੋਣਾ ਹੈ। ਪਰ ਆਈਸੀਯੂ ਨਹੀਂ, ਸਮਰੀਆ ਸਾਹਿਬ, ਇੱਥੇ ਤਾਂ ਪੰਖਾ ਵੀ ਸਮਰੀਆ ਸਾਹਿਬ ਜੀ, ਜਿਹੜੇ ਸਿਵਲ ਸਰਜਨ ਨੇ, SMO ਨੇ, ਉਹਨਾਂ ਦੇ ਕਮਰਿਆਂ 'ਚ ਤਾਂ AC ਦਿਖਾਈ ਦੇ ਰਹੇ ਆ।
ਬਾਕੀ ਲੋਕ ਖੜੇ ਨੇ ਬਿਨਾਂ ਪੱਖਿਆਂ ਤੋਂ, ਪੱਖੇ ਇੱਥੇ ਟੁੱਟੇ ਪਏ ਹੈਗੇ ਨਹੀਂ, ਅਤੇ ਫਰਸ਼ਾਂ ਦੇ ਉੱਪਰ ਜ਼ਮੀਨਾਂ 'ਤੇ ਬੈਠੇ ਹੈ। ਅਤੇ ਤੁਸੀਂ ਉਸ ਲੇਡੀ ਨੂੰ ਸੁਣਿਆ ਜਿਹੜੀ ਕਹਿ ਰਹੀ ਸੀ ਇੱਕ ਬੱਚਾ ਪੈਦਾ ਹੁੰਦਾ ਅੰਮ੍ਰਿਤਸਰ ਦੇ ਵਿੱਚ, ਇੱਕ ਦਿਨ ਬਾਅਦ ਹੀ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ। ਇਹ ਗੌਰਵ ਜੀ, ਇਹ ਤਾਂ ਸ਼ਰਮ ਨਾਲ ਗੱਲ, ਮੈਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ, ਇੰਨਾ ਬੜਾ ਡਿਪਾਰਟਮੈਂਟ ਬਣਾ ਕੇ, 34 ਸੈਕਟਰ ਵੀ ਸਾਰਾ ਇੰਨਾ ਬੜਾ ਕਰਕੇ, ਹਜ਼ਾਰੋਂ ਏਸੀ ਉਹ ਆਪਣੇ ਅਫਸਰਾਂ ਨੂੰ, ਉਹ ਉਹਨਾਂ ਨੂੰ ਉੱਥੇ ਨਿਕਲਦੇ, ਮੰਤਰੀ ਜੀ ਵੀ ਬਾਹਰ ਨਿਕਲੂ, ਸੈਕਟਰੀਏਟ ਹੁਣ ਕੰਮ ਨਹੀਂ। ਜਦੋਂ ਚੰਕੀ ਦਾ ਗਹਿਰ ਆਇਆ ਹੈ ਤਾਂ ਹਾਲੇ ਤੱਕ ਤਾਂ ਮੰਤਰੀ ਜੀ ਹੋ ਗਿਆ 10-15 ਦਿਨ, ਉਹਨਾਂ ਨੇ ਇੱਕ ਹੋਰ ਕਰੇ ਹੋ ਗਿਆ ਲੋਕਾਂ ਨੂੰ ਜਾਣੂ ਕਰਵਾਉਣਾ ਅਸੀਂ ਉਹ ਕਰ ਰਹੇ ਹਾਂ। ਹੁਸ਼ਿਆਰਪੁਰ ਤੋਂ ਇੱਕ ਦਰਸ਼ਕ ਨਾਲ ਜੁੜੇ ਨੇ, ਉਹਨਾਂ ਦੀ ਗੱਲ ਸੁਣ ਲੈਂਦੇ ਹਾਂ। ਸਮਰੀਆ ਸਾਹਿਬ ਇੱਕ ਮਿੰਟ, ਹੁਸ਼ਿਆਰਪੁਰ ਤੋਂ ਦਰਸ਼ਕ ਜੁੜੇ ਨੇ, ਅਜੀਤ ਜੀ ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? ਤੁਹਾਡੇ ਸ਼ਹਿਰ ਚ ਵੀ ਅਜਿਹਾ ਹਾਲ ਹੀ ਹੈ ਹੁਸ਼ਿਆਰਪੁਰ ਚ? ਹਾਂਜੀ, ਤੁਹਾਡੇ ਹੁਸ਼ਿਆਰਪੁਰ ਚ ਵੀ ਅਜਿਹਾ ਹਾਲ ਹੀ ਹੈ? ਬਹੁਤ ਬੁਰੇ ਹਾਲ ਹੈ ਜੀ, ਤੁਸੀਂ ਦੇਖ ਹੀ ਲਿਆ। ਤੁਹਾਨੂੰ ਅਸੀਂ ਇਹੀ ਦਿਖਾ ਰਹੇ ਹਾਂ ਕਿ ਤੁਸੀਂ ਹੁਸ਼ਿਆਰਪੁਰ ਤੋਂ ਕਾਲ ਕਰ ਰਹੇ ਹੋ, ਆਪਣੇ ਹਸਪਤਾਲ ਦੀ ਤੁਸੀਂ ਸਥਿਤੀ ਦੱਸ ਰਹੇ ਹੋ ਕਿ ਜੇ ਕਿਹੋ ਜਿਹੇ ਉੱਥੇ ਹਾਲਾਤ ਨੇ, ਅਤੇ ਮੰਤਰੀ ਸਾਹਿਬ ਦੀ ਤੁਹਾਨੂੰ ਗੱਲਬਾਤ ਵੀ ਸੁਣਾਈ ਕਿ ਮੰਤਰੀ ਸਾਹਿਬ ਕਹਿੰਦੇ ਅਜਿਹੀ ਸਿਹਤ ਸਹੂਲਤਾਂ ਸਾਡੇ ਕੋਲ ਹੈਗੀਆਂ, ਬਿਹਾਰ 'ਚ ਤਾਂ ਹੈ ਵੀ ਨਹੀਂ, ਅਤੇ ਸਾਨੂੰ ਵੀ ਨਹੀਂ ਪਤਾ ਕਿਹੜੀਆਂ, ਉਹ ਤਾਂ ਬਿਲਕੁਲ ਹੀ ਨਹੀਂ ਪਤਾ ਕਿਉਂਕਿ ਹੈ ਹੀ ਨਹੀਂ ਤੁਹਾਡੇ ਕੋਲੋਂ, ਹੁੰਦੀਆਂ ਤਾਂ ਦਿਖ ਜਾਂਦੀਆਂ, ਕਿਹੜੀਆਂ ਲੁਕੋ ਕੇ ਰੱਖੀਆਂ ਹੋਈਆਂ ਤੁਸੀਂ? ਬਿਲਕੁਲ ਜੀ ਬਿਲਕੁਲ ਸਹੀ ਗੱਲ, ਬਹੁਤ ਵਧੀਆ ਤੁਸੀਂ ਆਹ ਕੰਮ ਕੀਤਾ, ਕੱਲੇ ਹਸਪਤਾਲ ਦਾ ਦਿਖਾ ਰਿਹਾ ਹੈ ਜੀ, ਇਹੀ ਹਾਲ ਹੈ, ਇਹਦੇ 'ਚ ਕੋਈ ਝੂਠ ਨਹੀਂ ਹੈ ਜੀ। ਬਿਲਕੁਲ ਜੀ, ਸਾਡਾ ਫਰਜ਼ ਆ ਅਸੀਂ ਉਹ ਨਿਭਾ ਰਹੇ ਹਾਂ, ਅਤੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੇ ਲਈ, ਖੁਲਵਾਉਣ ਦੇ ਲਈ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮੰਤਰੀ ਸਾਹਿਬ ਜਿਵੇਂ ਫੋਨ ਚੁੱਕਦੇ ਆ, ਨਹੀਂ ਚੁੱਕਦੇ ਆ, ਮੁੱਖ ਮੰਤਰੀ ਨੂੰ ਕਰਾਂਗੇ, ਸਾਰਿਆਂ ਨੂੰ ਕਰਾਂਗੇ, ਪਰ ਅਜਿਹੀ ਹਾਲਤ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਉਂਕਿ ਜਾਨਾਂ ਸਾਰਿਆਂ ਦੀ ਕੀਮਤੀ ਹੈ, ਪਰਿਵਾਰ ਸਾਰਿਆਂ ਦੇ ਹੈ, ਮੰਤਰੀ ਸਾਹਿਬ ਦੇ ਇਕੱਲੇ ਦੇ ਨਹੀਂ ਹੈ, ਸਰਕਾਰ ਵਾਲਿਆਂ ਦੇ ਇਕੱਲੇ ਦੇ ਨਹੀਂ ਹੈ। ਕੈਬਨਿਟ ਮੰਤਰੀ ਜਿਹੜੇ ਨੇ ਜਦੋਂ ਆਵੇ ਬਿਮਾਰ ਹੁੰਦੇ ਨੇ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਨੇ, ਅਗਰ ਇਹਨਾਂ ਕੋਲ ਪੈਸਾ ਹੈ ਤਾਂ ਪ੍ਰਾਈਵੇਟ 'ਚ ਜਾਂਦੇ ਹੈ। ਆਮ ਬੰਦਾ ਵਿਚਾਰਾ ਜਿਹੜਾ ਜੇ ਜਾਂਦਾ ਸਿਵਲ ਹਸਪਤਾਲ 'ਚ, ਉੱਥੇ ਅਜਿਹੀ ਸਹੂਲਤਾਂ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਅਜੀਤ ਜੀ। ਬਿਲਕੁਲ ਸਮਰੀਆ ਸਾਹਿਬ, ਹਾਂ ਮੈਂ ਆਪ ਜੀ ਨੂੰ ਸ਼ਾਬਾਸ਼ੀ ਦੇ ਰਿਹਾ, ਔਰ ਮੈਂ ਕਹਿੰਦਾ ਕਿ ਤੁਸੀਂ ਲੱਗੇ ਰਹੋ ਇਹਦੇ ਵਿੱਚ, ਔਰ ਮੰਤਰੀ ਜੀ ਨੂੰ ਐਡਵਾਈਜ਼ਰੀ ਮੈਂ ਜਾਰੀ ਕਰ ਰਿਹਾ, ਪ੍ਰਾਰਥਨਾ ਕਰਕੇ ਕਿ ਮੰਤਰੀ ਜੀ ਆਪਣੇ ਅਫਸਰਾਂ ਨੂੰ ਉੱਥੇ ਭੇਜੋ, ਉਹ ਕੈਮਰੇ ਲੈ ਕੇ ਨਹੀਂ, ਉਹ ਬੜੇ ਬੜੇ ਫੋਟੋ ਸੈਸ਼ਨ ਵਾਸਤੇ ਨਹੀਂ, ਬਿਲਕੁਲ ਬੇਸ ਬਦਲ ਕੇ ਤੁਸੀਂ ਉੱਥੇ ਜਾਓ ਔਰ ਸੱਚਾਈ ਪਤਾ ਕਰੋ, ਜਿਹੜੀ ਜਨਤਾ ਨੇ ਤੁਸੀਂ ਵੋਟ ਦੇ ਕੇ ਤੁਸੀਂ ਰਾਜੇ ਬਣਾਏ ਹੋ ਉਹਨਾਂ ਨੂੰ ਥੋੜ੍ਹਾ ਬਹੁਤ। ਆਜ ਨੂੰ ਦੇਖ ਕੇ ਇੰਨਾ ਸ਼ਰਮ ਆ ਰਿਹਾ, ਡਾਕਟਰ ਹੋਣ ਦੇ ਨਾਤੇ 50 ਸਾਲ ਮੈਨੂੰ ਕਿੱਦਾਂ ਦੇ, ਇਹ ਜਿਹਦੇ ਬੱਚੇ ਨੂੰ ਬਾਹਰ ਨਿਕਾਲਦੇ ਹੋਗੇ ਤੁਸੀਂ, ਕੀ ਪ੍ਰੋਬਲਮ, ਕੀ ਅੱਗ ਲੱਗ ਗਈ ਇੱਥੇ, ਇਹ ਡਿਲੀਵਰੀ, ਇਹ ਮੈਂ ਕਹਿਣਾ ਚਾਹੁੰਦਾ ਕਿ ਇਨਸੈਂਸਿਟੀਵਿਟੀ ਹੈ, ਔਰ ਸੈਂਸਿਟੀਵਿਟੀ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਬਟ ਮੈਨੂੰ ਚੰਗਾ ਲੱਗਿਆ ਕਿ ਇੰਡੀਆ ਨਿਊਜ਼ ਦੇ ਸਾਰੇ ਪੱਤਰਕਾਰ, ਮੈਂ ਕਹਿੰਦਾ ਜਿੱਥੇ ਵੀ ਤੁਹਾਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ, ਕਿਸੇ ਦੀ ਵੀ ਨਜ਼ਰ ਆਉਂਦੀ ਹੈ, ਬੇਧੜਕ ਹੋ ਕੇ ਤੁਸੀਂ ਸਾਹਮਣੇ ਆਓ, ਅਸੀਂ ਤੁਹਾਡੇ ਨਾਲ ਹੈ, ਜਨਤਾ ਜਨਾਰਦਨ ਮਰ ਰਹੀ ਹੈ, ਜਿਹਦੇ ਵਾਸਤੇ ਇਹ ਸਾਰੀ ਡੈਮੋਕ੍ਰੇਸੀ ਦਾ ਇੰਨਾ ਤਾਮਝਾਮ ਅਸੀਂ ਕੀਤਾ ਹੋਇਆ।
ਬਿਲਕੁਲ ਸਵਰੀਆ ਸਾਹਿਬ ਬੇਧੜਕ ਹੋ ਕੇ ਹੀ ਕੰਮ ਕਰਦੇ, ਡਰਦੇ ਅਸੀਂ ਕਿਸੇ ਤੋਂ ਨਹੀਂ, ਕਿਉਂਕਿ ਜਦੋਂ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ ਸੱਚਾਈ ਦੀ ਆਵਾਜ਼ ਚੁੱਕਣ ਲਈ ਕੀਤਾ ਸੀਗਾ, ਪੜ੍ਹਾਈ ਲਿਖਾਈ ਕਰਕੇ, ਤਾਂ ਹੀ ਅਸੀਂ ਪੱਤਰਕਾਰੀ 'ਚ ਆਏ ਸੀਗੇ, ਨਹੀਂ ਤਾਂ ਹੋਰ ਕੋਈ ਕਾਰਨ ਸੀਗਾ ਨਹੀਂ ਇੱਥੇ ਆਉਣ ਦਾ। ਇੱਕ ਸਾਡੇ ਦਰਸ਼ਕ ਜੁੜ ਗਏ ਨੇ ਮੋਹਾਲੀ ਤੋਂ, ਕੁਲਦੀਪ ਜੀ ਕੀ ਕਹਿਣਾ ਚਾਹ ਰਹੇ ਹੋ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ। ਸਰ ਇਸ ਤਰ੍ਹਾਂ ਦੇਖੋ, 10 ਸਾਲ ਪਹਿਲਾਂ ਸਰਕਾਰ ਜਿਹੜੀ ਅਕਾਲੀ ਦਲ ਦੀ ਰਹੀ ਹੈ, ਹਾਂ, ਤੇ ਹੁਣ 2.5 ਸਾਲ ਤੋਂ ਅਕਾਲੀ ਕਾਂਗਰਸ ਦੀ ਸਰਕਾਰ ਹੈ ਜੀ। ਇਹਨਾਂ ਸਰਕਾਰਾਂ ਨੇ ਕੁਛ ਵੀ ਨਹੀਂ ਕੀਤਾ ਹੁਣ ਤੱਕ ਦੇਖੋ ਸਿਹਤ ਸਹੂਲਤਾਂ ਦੇ ਵਿੱਚ। ਸਰਕਾਰਾਂ ਆਪਣੇ ਆਪ ਦੇ ਵਿੱਚ ਕਿੰਨੇ ਫੰਡ ਰਿਲੀਜ਼ ਕਰਾਉਣੀਆਂ, ਕਿੱਥੋਂ ਤੱਕ ਜਾਂਦਾ ਸਰਕਾਰ ਦਾ ਪੈਸਾ, ਤੇ ਹਰ ਇੱਕ ਫੈਸਿਲਿਟੀਜ਼ ਇੰਨੀਆਂ ਵੀ ਜਿਹੜੀਆਂ ਬਿਲਕੁਲ ਹੀ ਨਹੀਂ ਆਮ ਜਨਤਾ ਤੱਕ ਪਹੁੰਚਦੀਆਂ। ਜਨਤਾ ਨੂੰ ਇਹਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਚੰਗੀਆਂ ਸਿਹਤ ਸਹੂਲਤਾਂ ਦੇਵੇ, ਤਾਂ ਕਿ ਇਹ ਜਿਹੜਾ ਸਿਸਟਮ ਹੈ, ਸਿਸਟਮ ਸਾਰਾ ਵਿਗੜਿਆ ਹੋਇਆ ਹੈ। ਜਿਹੜੇ ਮੰਤਰੀ ਤੋਂ ਲੈ ਕੇ ਥੱਲੇ ਸੰਤਰੀ ਤੱਕ, ਡਾਕਟਰ ਤੱਕ, ਇਹ ਸਾਰੇ ਤਰਨ ਤਾਰਨ ਤੋਂ ਸਾਡੇ ਨਾਲ ਸੁਖਚੈਨ ਜੀ ਜੁੜ ਗਏ ਨੇ। ਸੁਖਚੈਨ ਜੀ ਕੀ ਕਹਿਣਾ ਚਾਹੋਗੇ, ਤਰਨ ਤਾਰਨ ਚ ਕੀ ਆਲਮ ਹੈ? ਹਾਂਜੀ ਸਰ ਜੀ, ਬਹੁਤ ਬੁਰਾ ਹਾਲ ਹੈ ਸਰ। ਨਮਸਕਾਰ, ਆਪਕਾ ਪਹਿਲੇ ਤੋਂ ਧੰਨਵਾਦ, ਆਪ ਇਤਨੀ ਰਿਪੋਰਟ ਦੇ ਰਹੇ ਹੋ। ਹਾਂਜੀ ਸਰ, ਸਰ ਮੈਂ ਪਰ ਲਿਖਣ ਦੇਖਾ ਜਾ ਤਾਂ ਬਹੁਤ ਬੁਰਾ ਹਾਲ ਹੈ ਸਰ ਜੀ। ਤੁਹਾਡੇ ਸਿਵਲ ਹਸਪਤਾਲ ਦੇ ਵਿੱਚ ਵੀ ਅਜਿਹਾ, ਜਿਹੜੀ ਤਸਵੀਰਾਂ ਇਹ ਅੰਮ੍ਰਿਤਸਰ, ਬਟਾਲਾ, ਪਠਾਨਕੋਟ, ਹੁਸ਼ਿਆਰਪੁਰ ਸਭ ਥਾਂ ਤੇ ਆ ਰਹੀਆਂ ਸਰ। ਤੁਸੀਂ ਖੁਦ ਜਾ ਕੇ ਵੇਖ ਲਓ, ਕੋਈ ਡਾਕਟਰ ਨਹੀਂ ਆ, ਕੋਈ ਸਰਜਨ ਨਹੀਂ ਆ, ਕੋਈ ਸਿਵਲ ਨਹੀਂ ਆ ਜੀ। ਤੇ ਕੀ ਕਹਿੰਦੇ ਨੇ ਡਾਕਟਰ ਜਦੋਂ ਤੁਸੀਂ ਜਾਂਦੇ ਹੋ, ਪੁੱਛਦੇ ਹੋ, ਕੀ ਕਹਿੰਦੇ ਨੇ? ਕਹਿੰਦੇ ਸਹੂਲਤਾਂ ਨਹੀਂ ਜੀ, ਆ ਸਾਡੇ ਕੋਲ ਦਵਾਈਆਂ ਨਹੀਂ ਹੈਗੀਆਂ, ਦਵਾਈਆਂ ਬਾਹਰੋਂ ਮੈਡੀਕਲ ਤੋਂ ਲਓ ਜੀ, ਇਹ ਕਰੋ ਉਹ ਕਰੋ ਸਰ। ਆਪਾਂ ਨੂੰ ਵੀ ਮੰਤਰੀਆਂ ਨੂੰ ਤਾਂ ਆਪਣੀ ਗੱਡੀ ਦਾ ਮਤਲਬ ਆਏ ਸੀ, ਗੱਡੀ 'ਚ ਬੈਠੇ ਉਹਨਾਂ ਨੂੰ, ਉਹਨਾਂ ਨੂੰ ਕੋਈ ਮਤਲਬ ਨਹੀਂ, ਥੱਲੇ ਪਬਲਿਕ ਨਾਲ ਕੀ ਹੋ ਰਿਹਾ ਸਰ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ ਤੁਹਾਡੀ, ਅਸੀਂ ਪੁੱਛਾਂਗੇ ਵੀ। ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਇਹ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਆਉਂਦੀ ਹੈ, ਜਿੰਨੇ ਵੀ ਮੰਤਰੀ ਹੈ, ਮੁਲਕ ਭਰ ਦੇ ਮੰਤਰੀਆਂ ਦੀ ਗੱਲ ਕਰ ਰਹੇ ਹਾਂ, ਪੰਜਾਬ ਦੀ ਤਾਂ ਗੱਲ ਕਰ ਹੀ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਤੋਂ ਤਾਲੁਕ ਰੱਖਦੇ ਹਾਂ, ਜਿੰਨੇ ਵੀ ਮੰਤਰੀ ਸਹੁੰ ਚੁੱਕੇ ਮੰਤਰੀ ਬਣ ਜਾਂਦੇ ਆ, ਕਦੀ ਆਪਣੀ ਏਸੀ ਵਾਲੀ ਗੱਡੀ ਤੋਂ ਉਤਰ ਕੇ ਆਮ ਜਨਤਾ ਦੇ ਵਾਂਗ ਬਣ ਕੇ ਜਾਂਦੇ ਨੇ ਆਪਣੇ ਵਿਭਾਗਾਂ ਦੇ ਵਿੱਚ, ਆਮ ਲੋਕਾਂ ਵਾਂਗ ਕਿ ਕਿਸ ਤਰੀਕੇ ਦੀ ਪਬਲਿਕ ਡੀਲਿੰਗ ਹੋ ਰਹੀ ਹੈ, ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਜਿਹੇ ਛਾਪੇ ਮਾਰਨ ਦੀ, ਜਾਂ ਇੰਨੀ ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ ਕਿ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਹੈ ਉਹ ਉਹਨਾਂ ਨੂੰ ਸੈਲਰੀ ਮਿਲਦੀ ਹੈ, ਉਹਨਾਂ ਦੇ ਲਈ ਲੋਕਾਂ ਲਈ ਕੰਮ ਕਰਦੇ ਨੇ, ਕਦੀ ਅਜਿਹਾ ਤੁਸੀਂ ਸੁਣਿਆ ਕਿ ਮੰਤਰੀਆਂ ਨੇ ਜਾ ਕੇ ਛਾਪੇ ਮਾਰੇ ਹੋਣ, ਰਾਤ ਰਾਤ ਜਾਗੇ ਹੋਣ ਲੋਕਾਂ ਦੇ ਲਈ? ਕਿਉਂਕਿ ਅਗਰ ਅਜਿਹੀ ਚੀਜ਼ ਹੁੰਦੀ ਤੁਹਾਨੂੰ ਅਸੀਂ ਦਿਖਾਉਂਦੇ, ਪਿਛਲੇ 2.5 ਸਾਲ ਤੋਂ ਇਹਨਾਂ ਦੀ ਸਰਕਾਰ ਹੈ, 10 ਸਾਲ ਤੋਂ ਅਕਾਲੀ ਦਲ ਦੀ ਸੀ, ਅਜਿਹੇ ਮੰਤਰੀ ਕੋਈ ਦਿਖੇ ਨਹੀਂ, ਅਜਿਹੇ ਵਿਧਾਇਕ ਕੋਈ ਦਿਖੇ ਨਹੀਂ ਕਿ ਜਿਹੜੇ ਰਾਤ ਰਾਤ ਜਾਗਣ ਲੋਕਾਂ ਦੇ ਲਈ, ਸਿਰਫ ਸੇਵਾ ਭਾਵਨਾ ਦੇ ਲਈ ਆਏ ਹੋਣ ਕਿ ਦੇਖਣ ਲੋਕਾਂ ਦਾ ਦੁੱਖ ਦਰਦ ਸਮਝਣ। ਸਵਰੀਆ ਸਾਹਿਬ, ਤੁਹਾਡੀ ਭਾਰਤੀ ਜਨਤਾ ਪਾਰਟੀ ਦੀ ਵੀ ਗੱਲ ਮੈਂ ਨਾਲ ਹੀ ਕਰ ਰਿਹਾ, ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ, ਮੈਂ ਸਾਰੇ ਦੀ ਗੱਲ ਕਰ ਰਿਹਾ। ਹਾਂ ਨਹੀਂ ਠੀਕ ਹੈ ਨਹੀਂ ਗੌਰਵ ਜੀ, ਬੜੀ ਚੰਗੀ ਗੱਲ ਹੈ, ਮੈਂ ਆਪਣੀ ਇਹਦੇ ਪਾਰਟੀ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ, ਕਿ ਜਿਹੜੇ ਮੰਤਰੀ ਆਉਂਦੇ ਨੇ ਚਾਹੇ ਉਹ ਮੇਰੇ ਹੋਏ, ਹੁਣ ਮੈਂ ਮੇਰੇ ਸਾਥੀ ਨੂੰ ਸੁਝਾਇਆ ਕਿ 10 ਸਾਲ ਸਾਡਾ ਵੀ ਰਾਜ ਸੀ ਇੱਥੇ, ਮੈਂ ਕਹਿਣਾ ਕਿ ਜੇ ਇੱਦਾਂ ਹਾਲ ਉਸ ਵਕਤ ਵੀ ਸੀ ਤਾਂ ਬਹੁਤ ਮਾੜਾ ਸੀ, ਬਟ ਮੈਂ ਕਹਿੰਦਾ ਕਿ ਜੋ ਤੁਸੀਂ ਅੱਜ ਦਿਖਾਇਆ, ਮੈਨੂੰ ਉਮੀਦ ਨਹੀਂ ਕਿ 10 ਸਾਲ ਪਹਿਲੇ ਇੱਦਾਂ ਦਾ ਬੁਰਾ ਹਾਲ ਸੀ। ਪਰ ਇਹ ਜਿਹੜੀ ਗੱਲ ਹੈ ਕਿ ਤੁਸੀਂ ਕਿ ਮੰਤਰੀਆਂ ਦੀ ਜਿਹੜੀ ਜ਼ਿੰਮੇਵਾਰੀ ਸੇਵਾ ਦੀ ਗੱਲ ਹੈ ਉਹ, ਪਰ ਮੈਂ ਆਪ ਜੀ ਦੇ ਚੈਨਲ ਨਾਲ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਇਹ ਯਕੀਨ ਦਿਲਾਉਂਦਾ, ਜੇ ਪੰਜਾਬ ਸਰਕਾਰ ਵਿੱਚ ਕੋਈ ਰਿਕੁਆਇਰਮੈਂਟ ਹੈ, ਕਿਸੇ ਜਿਹੜੀ ਆਪਦਾ ਕਹਿੰਦੇ ਮੰਤਰੀ ਜੀ ਕਹਿੰਦੇ ਹਨ, ਉਹਦੇ ਰਿਸੋਰਸ ਨਹੀਂ ਹੈ, ਭਾਰਤ ਸਰਕਾਰ, ਮੈਂ ਉਸ ਭਾਰਤ ਸਰਕਾਰ ਦੀ ਤਰਫ ਤੋਂ ਵਾਅਦਾ ਕਰਕੇ ਕਹਿੰਦਾ ਕਿ ਫੁੱਲ ਹੈਲਪ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਮਿਲੇਗੀ। ਠੀਕ ਹੈ, ਰਾਜਕੁਮਾਰ ਜੁੜ ਗਏ ਨੇ ਸਵਰੀਆ ਸਾਹਿਬ ਫਿਰੋਜ਼ਪੁਰ ਤੋਂ।
ਰਾਜਕੁਮਾਰ ਸਾਡੇ ਦਰਸ਼ਕ ਫਿਰੋਜ਼ਪੁਰ ਤੋਂ ਜੁੜ ਗਏ ਨੇ। ਰਾਜਕੁਮਾਰ ਜੀ, ਫਿਰੋਜ਼ਪੁਰ ਦੇ ਵਿੱਚ ਵੀ ਅਸੀਂ ਤਸਵੀਰਾਂ ਵੈਸੇ ਵਿਖਾਈਆਂ, ਪਰ ਜਦੋਂ ਤੁਸੀਂ ਜਾਂਦੇ ਹੋ ਸਿਹਤ ਸਹੂਲਤਾਂ ਦੀ, ਜਦੋਂ ਤੁਸੀਂ ਰੋਜ਼ ਤੁਹਾਨੂੰ ਸਾਹਮਣਾ ਕਰਨਾ ਪੈਂਦਾ, ਮਿਲਦੇ ਹੋ ਹਸਪਤਾਲ 'ਚ ਜਾ ਕੇ ਡਾਕਟਰਾਂ ਨੂੰ, ਕੀ ਕਹਿਣਾ ਹੁੰਦਾ ਡਾਕਟਰਾਂ ਦਾ ਅਤੇ ਸਿਹਤ ਸਹੂਲਤਾਂ ਕਿਵੇਂ ਹੈ? ਸਰ, ਡਾਕਟਰਾਂ ਦਾ ਤਾਂ ਇੱਥੇ ਬਹੁਤ ਬੁਰਾ ਹਾਲ ਹੈ। ਤੁਸੀਂ ਇਹ ਦੇਖੋ, ਇੱਥੇ ਸਿਰਫ ਲੜਾਈ ਝਗੜੇ ਦਾ, ਜੇ ਕੋਈ ਝਗੜਾ ਹੋਇਆ ਤਾਂ ਉਹ ਤੁਸੀਂ ਚਲੇ ਜਾਓ, ਤੁਹਾਡੀ ਸੱਟ ਵਧਾ ਦੇਣਗੇ ਪੈਸੇ ਲੈ ਕੇ, ਹੋਰ ਇੱਥੇ ਇਲਾਜ ਨਾਲ ਤਾਂ ਕੋਈ ਚੀਜ਼ ਨਹੀਂ। ਬਸ ਉਹ ਇਹਨਾਂ ਨੂੰ ਪੈਸੇ ਦੇ ਦਿਓ, ਤੁਹਾਡੀ ਸੱਟ ਆਪ ਹੀ ਵੱਡੀ ਕਰ ਦੇਣਗੇ। ਮਤਲਬ ਕਿ ਅਗਰ ਪੈਸੇ ਦੇ ਦਿਓ, ਪੈਸੇ ਵਾਲਾ ਕੰਮ ਹੈ ਤਾਂ ਪਹਿਲੇ ਹੋ ਜਾਏਗਾ, ਜੇ ਆਮ ਲੋਕਾਂ ਨੂੰ ਦਵਾਈ ਦੇਣੀ ਉਹ ਨਹੀਂ ਹੋਏਗਾ। ਹਾਂ, ਪੈਸਾ ਦੇ ਦਿਓ ਅਤੇ ਸੱਟ ਵਧਾ ਲਓ, ਅਤੇ ਕਿਸੇ ਮੰਤਰੀ ਦਾ ਫੋਨ ਕਰਾ ਲਓ, ਪਰਚਾ ਵੱਡਾ ਹੋ ਜਾਏਗਾ ਜੀ, ਸੁਣਵਾਈ ਹੋ ਜਾਏਗੀ, ਹੋਰ ਇੱਥੇ ਇਲਾਜ ਨਾਲ ਦੀ ਕੋਈ ਚੀਜ਼ ਨਹੀਂ ਹੈਗੀ। ਸਾਨੂੰ ਤਾਂ ਇਹ ਨਹੀਂ ਸਮਝ ਪੈ ਰਿਹਾ ਇਹ ਮੰਤਰੀ ਨੇ ਕਿ ਇਹ ਭਗਵਾਨ ਬਣ ਗਏ ਨੇ ਕਿ ਮਾਲਿਕ ਬਣ ਗਏ ਨੇ। ਕਹਿੰਦੇ ਅਸੀਂ ਹੱਥ ਜੋੜ ਕੇ ਵੋਟ ਲੈਂਦੇ, ਜਦੋਂ ਆਉਂਦੇ ਹੈ ਕਿ ਸਾਨੂੰ ਸੇਵਾ ਦਾ ਮੌਕਾ ਦਿਓ। ਸੇਵਾ ਕਿੱਥੇ ਕਰਦੇ ਹੈ ਇਹ, ਕਿਹੜੀ ਥਾਂ ਦੇ ਸੇਵਾ ਕਰਦੇ ਇਹ ਤਾਂ ਪਤਾ ਨਹੀਂ, ਸੇਵਾ ਕਰਦੇ ਸਾਡੇ ਦੇ ਸਹਾਨ ਕਰਦੇ ਆ। ਰੱਬ ਬਣ ਗਏ ਜੀ, ਰੱਬ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਸਰ, ਗਰੀਬ ਦੀ ਕੋਈ ਸੁਣਵਾਈ ਨਹੀਂ, ਇਹ ਗੱਲ ਦਿਖੀ ਰਿਹਾ ਤਸਵੀਰਾਂ 'ਚ ਦਿਖ ਰਿਹਾ, ਛੋਟੇ ਛੋਟੇ ਬੱਚੇ ਜਿਹੜੇ ਹੈ ਜ਼ਮੀਨ 'ਤੇ ਪਏ ਹੋਏ ਨੇ, ਸ਼ਰਮ ਆ ਰਹੀ ਹੈ ਦੇਖ ਕੇ ਸਾਨੂੰ, ਅਤੇ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ, ਬੜੀ ਹੈਰਾਨੀ ਦੀ ਗੱਲ ਹੈ। ਰਾਤ ਨੂੰ 1-2 ਵਜੇ ਇੱਥੇ ਚਲੇ ਜਾਓ, ਤੁਹਾਨੂੰ ਅੰਦਰ ਕੋਈ ਸਟਾਫ ਮਿਲੇਗਾ ਹੀ ਨਹੀਂ। ਗੱਲ ਸਹੀ ਹੈ ਤੁਹਾਡੀ, ਦਿਨ ਦੇ ਵਿੱਚ ਇੱਥੇ ਸਟਾਫ ਨਹੀਂ ਹੈ। ਮੈਂ ਸਾਹਮਣੇ ਹਾਊਸਿੰਗ ਬੋਰਡ ਦੇ ਵਿੱਚ ਰਹਿਣਾ, ਮੇਰਾ ਘਰ ਬਿਲਕੁਲ ਹਸਪੀਟਲ ਦੇ ਨਜ਼ਦੀਕ ਹੈ, ਕਈ ਵਾਰੀ ਮੁਸ਼ਕਲ ਆਈ ਹੈ ਤੇ ਰਾਤ ਨੂੰ ਕੋਈ ਮਿਲਦਾ ਹੀ ਨਹੀਂ ਜੀ। ਰਾਤ ਨੂੰ ਮਿਲਦਾ ਨਹੀਂ, ਦੱਸੋ ਇਹ ਆਲਮ ਹੈ, ਇਹ ਪਤਾ ਨਹੀਂ ਕਿਸ ਚੀਜ਼ ਦੀ ਸਰਕਾਰੀ ਤਨਖਾਹਾਂ ਲੈਂਦੇ ਆ, ਸਰਕਾਰ ਇਹਨਾਂ ਨੂੰ ਤਨਖਾਹਾਂ ਦੇ ਰਹੀ ਹੈ, ਕੰਮ ਇਹ ਕਰਦੇ ਨਹੀਂ, ਰਾਤ ਨੂੰ ਖਾ ਪੀ ਕੇ ਮੌਜ ਨਾਲ ਸੋ ਜਾਂਦੇ ਆ, ਲੋਕਾਂ ਲਈ ਜਾਗਣ ਲਈ ਨਾਈਟ ਡਿਊਟੀਆਂ ਲਗਾਈ ਜਾਂਦੀਆਂ, ਇਹ ਆਪਣਾ ਕੰਮ ਕਰਦੇ ਨਹੀਂ, ਕਿਵੇਂ ਚੱਲੇਗਾ ਪੰਜਾਬ, ਸਵਾਲ ਖੜਾ ਹੋ ਰਿਹਾ। ਬਾਹਰ ਮੈਡੀਕਲਾਂ ਨਾਲ ਰਲੇ ਹੋਏ ਨੇ, ਇੰਨੇ ਇੰਨੇ ਦਵਾਈਆਂ ਜਾਂਦੀਆਂ, ਮਰੀਜ਼ ਦਾ ਜੇ ਕੋਈ ਪ੍ਰੇਸ਼ਨ ਹੈ ਤੇ ਉਹ ਦਵਾਈਆਂ ਬਾਅਦ ਚ ਉੱਥੇ ਵਾਪਸ ਆ ਜਾਂਦੀਆਂ, ਸਭ ਕੁਝ ਅਸੀਂ ਦੇਖਦੇ, ਉੱਥੇ ਸਾਡੇ ਘਰ ਨੇ ਜੀ, ਸਾਰਾ ਕੁਝ ਸਹੀਗੇ ਨੇ। ਬਿਲਕੁਲ ਠੀਕ ਗੱਲ ਹੈ, ਬਹੁਤ ਬਹੁਤ ਧੰਨਵਾਦ ਰਾਜ ਜੀ ਗੱਲਬਾਤ ਕਰਨ ਦੇ ਲਈ। ਸਮਰੀਆ ਸਾਹਿਬ, ਸਮਰੀਆ ਸਾਹਿਬ, ਇਹ ਕੀ ਆਲਮ ਹੈ ਮੁਲਕ ਦੇ ਵਿੱਚ, ਸਾਡੇ ਇਕੱਲੀ ਸਟੇਟ ਵੱਲ ਦੇਖ ਕੇ ਤਾਂ ਸਾਨੂੰ ਤਰਸ ਆਉਂਦਾ ਹੀ ਹੈ, ਇਹ ਕੀ ਬਣ ਗਿਆ ਸਾਡਾ ਪੰਜਾਬ, ਲੋਕ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਖੜੇ ਆ, ਬੁਰੀ ਹਾਲਤ ਹੈ, ਪੀਣ ਨੂੰ ਪਾਣੀ ਨਹੀਂ, ਹਵਾ ਦੇ ਲਈ ਪੱਖਾ ਨਹੀਂ ਲੱਗਿਆ ਹੋਇਆ, ਸਟਰੈਚਰ ਇਹਨਾਂ ਦੇ ਕੋਲ ਟੁੱਟੇ ਹੋਏ ਆ, ਬੈੱਡ ਦੇ ਉੱਪਰ ਗੱਦਾ ਹੈ ਨਹੀਂ, ਬੈੱਡ ਵੈਸੇ ਟੁੱਟਿਆ ਹੋਇਆ, ਜੇ ਮਿਲਦਾ ਤਾਂ ਇੱਕ ਬੈੱਡ ਦੇ ਉੱਪਰ 2 ਮਰੀਜ਼ ਪਾ ਦਿੰਦੇ ਆ, ਬੱਚਾ ਪੈਦਾ ਹੋਇਆ ਹਲੇ ਉਸ ਨੂੰ ਅਗਲੇ ਦਿਨ ਬਾਹਰ ਕੱਢ ਦਿੰਦੇ ਆ, ਇਹ ਪੰਜਾਬ ਦੀ ਸਿਹਤ ਸਹੂਲਤਾਂ ਨੇ? ਨਹੀਂ ਨਹੀਂ, ਬਿਲਕੁਲ ਗੌਰਵ ਜੀ, ਜੇ ਸਿਹਤ ਸਹੂਲਤਾਂ ਸੁਣ ਕੇ ਮੈਨੂੰ ਤਾਂ ਖੁਦ ਬਾਰ ਬਾਰ ਮੈਂ ਕਹਿ ਰਿਹਾ ਕਿ ਮੈਨੂੰ ਸ਼ਰਮ ਆਉਂਦੀ ਹੈ, ਮੈਂ ਪ੍ਰੋਫੈਸ਼ਨ ਤਾਂ ਡਾਕਟਰ ਹੂੰ, ਮੈਂ ਖੁਦ ਵੀ 50 ਸਾਲ ਹੋ ਗਏ ਮੈਨੂੰ ਡਾਕਟਰੀ ਕਰਦੇ ਕਰਦੇ, ਬਟ ਕਹਿਣ ਦਾ ਮਤਲਬ ਹੈ ਕਿ ਜਦੋਂ ਤਈ ਪ੍ਰੋਐਕਟਿਵ ਲੋਕ ਸਰਕਾਰ, ਜਿਹੜੀ ਸਰਕਾਰ ਲੋਕਾਂ ਨੇ ਚੁਣ ਕੇ ਕੋਈ ਉਮੀਦ ਕਰਕੇ ਬਣਾਈ ਸੀ, ਬਟ ਮੈਂ ਇਹ ਕਹਿਣਾ ਚਾਹੂੰ ਇੱਥੇ ਪੰਜਾਬ ਵਿੱਚ ਤਾਂ ਸਰਕਾਰ, ਤੁਸੀਂ ਕਹਿੰਦੇ ਹੋ ਸੁੱਤੀ ਹੋਈ ਹੈ, ਅਸੀਂ ਜਗਾਵਾਂ, ਮੈਂ ਕਹਿੰਦਾ ਸਰਕਾਰ ਹੈ ਕਿੱਥੇ, ਪੰਜਾਬ ਵਿੱਚ ਤਾਂ ਸਰਕਾਰ ਹੈ ਹੀ ਨਹੀਂ, ਕਿਸੇ ਮੰਤਰੀ ਨੂੰ ਅਪਾਇੰਟ ਕਰਦਾ ਚੀਫ ਮਿਨਿਸਟਰ, ਉਹ ਜਲਾ ਜਾਂਦਾ ਦਿੱਲੀ, ਉੱਥੋਂ ਆ ਕੇ ਨਹੀਂ ਜੁਆਇਨ ਕਰਦਾ, ਮੈਂ ਤਾਂ ਮਹਿਕਮਾ ਹੀ ਜੁਆਇਨ ਨਹੀਂ ਕਰਦਾ, ਜਦੋਂ ਤੁਸੀਂ ਮੇਰਾ ਇਹ ਨਹੀਂ ਕਰੋਗੇ ਮੰਤਰੀ। ਉਹ ਕਹਿਣ ਕਿਆ ਮਤਲਬ ਇਹ ਹੈ ਕਿ ਹਾਲਾਤ ਪੰਜਾਬ 'ਤੇ ਦਿਨ ਪੇ ਦਿਨ ਦਰਦ ਤੋਂ ਬਦਤਰ ਹੋਏ ਜਾ ਰਹੇ ਨੇ, ਇਹ ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇੱਦਾਂ ਦੀ ਗੱਲ ਹੁਣ ਜਨਤਾ, ਮੈਂ ਇਹ ਇਸ ਤਰ੍ਹਾਂ ਦੀ ਗੱਲ ਕਦੇ ਜ਼ਿਆਦਾ ਸਹਿਣ ਨਹੀਂ ਕਰ ਸਕਦੀ। ਹੁਣ ਪਾਣੀ ਦਾ ਘੜਾ ਛੋਟਾ ਛੋਟਾ, ਇੱਕ ਇੱਕ ਦਿਨ ਦਾ ਬੱਚੇ ਨੂੰ ਤੁਸੀਂ ਬਾਹਰ ਨਿਕਾਲ ਦਿਓਗੇ, ਮਤਲਬ ਔਰ ਮੈਨੂੰ ਲੱਗਦਾ ਹੈ ਕਿ 1.4% ਜਿਹੜਾ ਬਜਟ ਹੈ, ਹੈਲਥ ਬਜਟ ਹੈ, ਔਰ ਹੁਣ ਤਾਂ ਮੈਂ ਸੁਣਿਆ ਸੀ ਸਾਡੇ ਖਜ਼ਾਨਾ ਮੰਤਰੀ ਕਹਿ ਰਹੇ ਸੀ ਸਾਡੇ ਕੋਲ ਬਹੁਤ ਸਾਰਾ ਬਜਟ, ਸਰਪਲਸ ਬਜਟ ਆ ਗਿਆ ਨੇ,
ਅਸੀਂ ਬਹੁਤ ਪੈਸਾ ਹੋ ਗਿਆ ਹੈ ਮਾੜਿਆਂ ਦੀ ਤਾਂ ਗੱਲ ਅਸੀਂ ਕਰ ਹੀ ਰਹੇ ਪਰ ਗੱਲ ਇੱਕ ਜਿਹੜੀ ਗੱਲ ਖੜੀ ਹੁੰਦੀ ਚੰਗੀ ਕੁਮਾਰ ਉੱਥੇ ਆਇਆ ਕਿਸ ਤਰੀਕੇ ਦੇ ਪ੍ਰੀਕੋਸ਼ਨਰੀ ਮੈਜਰ ਜਿਹੜੇ ਹਸਪਤਾਲਾਂ ਨੂੰ ਲੈਣੇ ਹੁੰਦੇ ਤੁਸੀਂ ਤਾਂ ਆਪ ਹੀ ਡਾਕਟਰ ਵੀ ਹੈਗੇ ਹੋ ਹਾਲੇ ਤਾਂ ਇੱਥੇ ICU ਜਿਹੜਾ ਸਪੈਸ਼ਲ ਵਾਰਡਸ ਬਣਾਉਣੇ ਆ ਉਸਦੇ ਜਿਹੜਾ ਹੈ ਆਦੇਸ਼ ਜਾਰੀ ਨਹੀਂ ਕੀਤੇ ਅਲਰਟ ਜਾਰੀ ਨਹੀਂ ਕੀਤਾ ਨਹੀਂ ਬਿਲਕੁਲ ਤੋ ਮੈਂ ਕਹਿੰਦਾ ਸਾਹਿਬ ਗੌਰਵ ਜੀ ਭਗਵਾਨ ਨਾ ਕਰੇ ਜੇ ਉਹ ਬਟ ਚਾਂਸਿਸ ਬੜੇ ਬ੍ਰਾਈਟ ਨੇ ਬਿਕੋਜ਼ ਹੁਣ ਸਾਰਾ ਕੰਟਰੀ ਆ ਸਾਰਾ ਵਰਲਡ ਇੱਕ ਗਲੋਬਲ ਵਿਲੇਜ ਹੋ ਗਿਆ ਇਨਫੈਕਸ਼ਨ ਆਉਣ ਨੂੰ ਸਿਰਫ ਕੁਝ ਚੰਦ ਮਿੰਟ ਲੱਗਦੇ ਨੇ ਜੇ ਇਹ ਹਾਲਾਤ ਪੰਜਾਬ ਵਿੱਚ ਹੋ ਗਏ ਉੱਥੇ ਤਾਂ 156 ਬੱਚਿਆਂ ਨੂੰ ਆਪਣੀ ਜਾਨ ਸੈਕਰੀਫਾਈਸ ਕੀਤੀ ਇੱਥੇ ਤਾਂ 1000 ਬੱਚੇ ਮਰ ਜਾਊਂਗੇ ਐਡਵਾਈਜ਼ਰੀ ਹੈਲਥ ਮਿਨਿਸਟਰੀ ਗਵਰਨਮੈਂਟ ਇੰਡੀਆ ਸ਼ੁਰੂ ਕਰ ਦੇ ਚੁੱਕੀ ਹੈ ਪੰਜਾਬ ਗਵਰਨਮੈਂਟ ਇਮੀਡੀਏਟਲੀ ਰਾਈਟਿੰਗ ਵਿੱਚ ਔਰ ਖਾਲੀ ਐਡਵਾਈਜ਼ਰੀ ਨਹੀਂ ਆਪਣੇ ਸਾਰੇ ਡਾਇਰੈਕਟਰਾਂ ਨੂੰ ਡਾਇਰੈਕਟੋਰ ਤੋਂ ਨਿਕਾਲ ਕੇ ਚਾਰ ਚਾਰ ਦਿਨ ਕਹੋ ਕਿ ਹਰੇਕ ਸਿਵਲ ਹੋਸਪਿਟਲ ਵਿੱਚ ਜਾ ਕੇ ਔਰ ਇਹਨਾਂ ਦੀ ਬਿਜਲੀ ਮੈਂ ਤਾਂ ਚਲੋ ਮੈਂ ਉਸ ਤੋਂ ਜਾ ਏਸੀ ਤੇ ਬਾਹਰ ਨਿਕਲ ਕੇ ਡਾਇਰੈਕਟਰ ਜਿਹੜੇ ਇੰਨੇ ਸਾਰੇ ਡਾਇਰੈਕਟਰ ਇੱਥੇ ਅਪੁਆਇੰਟ ਕਰਕੇ ਰੱਖੇ ਨੇ ਹਰੇਕ ਡਿਸਟ੍ਰਿਕਟ ਵਿੱਚ ਜਾ ਕੇ ਦੋ ਤਿੰਨ ਦਿਨ ਉੱਥੇ ਰਹੇ ਔਰ ਗਰਾਊਂਡ ਰਿਐਲਿਟੀ ਮੰਤਰੀ ਜੀ ਨੂੰ ਕਹੇ ਔਰ ਮੰਤਰੀ ਜੀ ਵੀ ਇਨਕੋਗਨੀਟੋ ਆਪਣਾ ਭੇਸ ਬਦਲ ਕੇ ਜਾਊਂ ਔਰ ਦੇਖੇ ਕਿ ਉਹ ਰਾਤ ਮੇਂ ਕਿਆ ਹੋ ਰਿਹਾ ਹੈ ਤਬ ਥੋੜੀ ਜਿਹੜੀ ਲੋਕ ਜਿਹੜੇ ਕੰਮ ਨਹੀਂ ਕਰਦੇ ਇਹ 5-10% ਲੋਕ ਕੰਮ ਕਰਦੇ ਬਿਲਕੁਲ ਉਹਨਾਂ ਦੇ ਸਮਰੀਆ ਸਾਹਿਬ ਗੁਰਜੰਟ ਸਿੰਘ ਜੀ ਬਠਿੰਡਾ ਤੋਂ ਜੁੜ ਗਏ ਨੇ ਸਾਡੇ ਦਰਸ਼ਕ ਗੁਰਜੰਟ ਜੀ ਦੀ ਗੱਲ ਸੁਣ ਲੈਣੇ ਗੁਰਜੰਟ ਜੀ ਆਵਾਜ਼ ਮਿਲ ਪਾ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਜੀ ਜੋ ਅਸੀਂ ਦੇਖ ਰਹੇ ਹਾਂ ਟੀਵੀ ਤੇ ਹਾਂਜੀ ਜੋ ਇਹਦੇ ਜ਼ਿੰਮੇਵਾਰ ਡਾਕਟਰ ਹੈ ਜੋ ਵੀ ਸਟਾਫ ਦੇ ਮੈਂਬਰ ਆ ਜਿਨ੍ਹਾਂ ਨੇ ਪੇਸ਼ੈਂਟ ਨੂੰ ਥੱਲੇ ਪਾਇਆ ਉਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਬਸ ਇਹ ਹੋਣਾ ਚਾਹੀਦਾ ਜਿਹੜਾ ਡਾਕਟਰ ਕਤਾਹੀ ਕਰਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਜੰਟ ਜੀ ਗੱਲਬਾਤ ਕਰਨ ਦੇ ਬਿਲਕੁਲ ਠੀਕ ਕਹਿ ਰਹੇ ਨੇ ਸਮਰੀਆ ਸਾਹਿਬ ਸੋ ਹੁਣ ਸਰਕਾਰ ਨੂੰ ਤਾਂ ਜਾਗਣਾ ਹੀ ਪਏਗਾ ਇਹ ਆਖਰੀ ਟਾਈਮ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਮਾਤਾ ਆਪਣੇ ਬੱਚੀ ਨੂੰ ਪੱਖੀਆਂ ਚੱਲ ਰਹੀ ਹੈ ਪੱਖਾ ਉੱਥੇ ਹੈ ਨਹੀਂ ਗਰਮੀ ਦਾ ਟਾਈਮ ਹੈ ਸੋਚੋ ਇੱਕ ਵਾਰਡ ਦੇ ਵਿੱਚ ਇੱਕ ਮਾਂ ਕਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਪੱਖੀ ਚੱਲ ਰਹੀ ਹੈ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਕਿ ਹਸਪਤਾਲਾਂ 'ਚ ਵੀ ਬਿਜਲੀ ਨਹੀਂ ਦੇ ਸਕਦੇ ਪੱਖੇ ਨਹੀਂ ਦੇ ਸਕਦੇ ਤਾਂ ਕਾਹਦੇ ਇਹ ਬੈਠੇ ਹੋਏ ਨੇ ਸਾਰੇ ਠੇਕਾ ਲੈ ਕੇ ਕਿ ਅਸੀਂ ਤੁਹਾਡਾ ਰੱਖਿਆ ਕਰਾਂਗੇ ਸਹੂਲਤਾਂ ਦੇਵਾਂਗੇ ਇਹ ਕਈ ਸਾਰੇ ਸਵਾਲ ਖੜੇ ਹੋ ਗਏ ਆ ਅੱਜ ਜਿਹੜੇ ਜਵਾਬ ਜਿਹੜੇ ਆ ਸਰਕਾਰ ਨੂੰ ਸਿਹਤ ਮੰਤਰੀ ਨੂੰ ਸਿਹਤ ਮਹਿਕਮੇ ਨੂੰ ਸਾਰੇ ਡਾਕਟਰਾਂ ਨੂੰ ਸਿਹਤ ਵਾਲੇ ਪ੍ਰਸ਼ਾਸਨ ਨੂੰ ਇਹ ਸਾਰਿਆਂ ਨੂੰ ਦੇਣੇ ਪੈਣੇ ਆ ਮਿਲ ਕੇ ਕਿ ਭਾਈ ਤਨਖਾਹ ਲੈ ਰਹੇ ਹੋ ਕੰਮ ਕਰ ਰਹੇ ਹੋ ਅਤੇ ਜਵਾਬ ਦਿਓ ਕੰਮ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਇਜਾਜ਼ਤ ਦਿਓ ਧੰਨਵਾਦ